ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਖੇਡਾਂ ਦੇ ਨਾਲ ਰਿਲੇਟਿਡ ਮਹੱਤਵਪੂਰਨ MCQ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਲਾਈਕ ਪੰਜਾਬ ਪੁਲਿਸ ਸਬ ਇੰਸਪੈਕਟਰ ਪੰਜਾਬ ਪੁਲਿਸ ਕਾਂਸਟੇਬਲ ਪੰਜਾਬ ਪਟਵਾਰੀ ਤੁਸੀਂ ਆਪਣੇ ਆਪਣੇ ਸਿਲੇਬਸ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਸਿਲੇਬਸ ਦੇ ਵਿੱਚ ਗੇਮਿੰਗ ਐਂਡ ਸਪੋਰਟਸ ਕਿੰਨਾ ਜ਼ਿਆਦਾ ਇੰਪੋਰਟੈਂਟ ਟਾਪਿਕ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਅਸੀਂ ਇੰਪੋਰਟੈਂਟ ਐਮਸੀਕਿਊ ਕਰਨ ਵਾਲੇ ਆ ਤੁਸੀਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਉਠਾ ਕੇ ਦੇਖ ਸਕਦੇ ਹੋ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਦੋ ਜਾਂ ਤਿੰਨ ਨੰਬਰ ਦੇ ਐਮਸੀਕਿਊ ਖੇਡਾਂ ਦੇ ਵਿੱਚੋਂ ਪੁੱਛੇ ਜਾਂਦੇ ਆ ਹਾਂਜੀ ਇਸ ਤੋਂ ਇਲਾਵਾ ਕੋਈ ਵੀ ਸਟੂਡੈਂਟਸ ਉਹ ਸਟੂਡੈਂਟਸ ਜਿਨ੍ਹਾਂ ਨੇ ਪੀਟ੍ਰੀਪਲੱਸਬੀ ਦੇ ਅੰਡਰ ਕੋਈ ਵੀ ਐਗਜ਼ਾਮ ਦੇਣਾ ਹੈ ਤਾਂ ਤੁਸੀਂ ਹਰੇਕ ਸਿਲੇਬਸ ਦੇ ਵਿੱਚ ਦੇਖ ਸਕਦੇ ਹੋ ਕਾਮਨ ਟਾਪਿਕ ਆ ਗੇਮਿੰਗ ਐਂਡ ਸਪੋਰਟਸ ਜਿਸ ਦੇ ਨਾਲ ਰਿਲੇਟਿਡ ਅੱਜ ਅਸੀਂ ਐਮਸੀਕਿਊ ਕਵਰ ਕਰਾਂਗੇ ਠੀਕ ਹੈ ਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਸੋ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਆਧੁਨਿਕ 올림픽 ਖੇਡਾਂ ਦਾ ਜਨਮਦਾਤਾ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਆਧੁਨਿਕ 올림픽 ਖੇਡਾਂ ਦਾ ਜਨਮਦਾਤਾ ਕਿੰਨਾਂ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਜੀ ਪੈਰੀਵੈਰਨ ਦੀ ਕੋਬਰਟਨ ਨੂੰ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਸ ਤੋਂ ਇਲਾਵਾ ਤੁਹਾਨੂੰ ਇਹ ਸਪੈਲਿੰਗ ਇਸ ਤਰ੍ਹਾਂ ਵੀ ਲਿਖੇ ਆ ਸਕਦੇ ਆ ਠੀਕ ਹੈ ਤਾਂ ਕਨਫਿਊਜ਼ ਨਹੀਂ ਹੋਣਾ ਤੁਸੀਂ ਆਨਸਰ ਆਪਣਾ ਧਿਆਨ ਨਾਲ ਦੇ ਦੇਣਾ ਕਿ ਪੀ ਆਰ ਏ ਡੀ ਕੋਬਰਟਨ ਠੀਕ ਹੈ ਜੀ ਇਹਨਾਂ ਨੇ ਅੰਤਰਰਾਸ਼ਟਰੀ 올림픽 ਖੇਡਾਂ ਦਾ ਜਨਮਦਾਤਾ ਇਹਨਾਂ ਨੂੰ ਕਿਹਾ ਜਾਂਦਾ ਹੈ ਆਧੁਨਿਕ 올림픽 ਖੇਡਾਂ ਦਾ ਜਨਮਦਾਤਾ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਅੰਤਰਰਾਸ਼ਟਰੀ 올림픽 ਕਮੇਟੀ ਦੀ ਸਥਾਪਨਾ ਹੋਈ ਸੀ 1994 ਦੇ ਵਿੱਚ ਇਸ ਦਾ ਹੈੱਡਕੁਆਰਟਰ ਲੁਸਾਨੇ ਦੇ ਵਿੱਚ ਤੇ ਠੀਕ ਹੈ ਜਿਹੜੀ ਸ਼ੁਰੂਆਤ ਆ ਉਹ ਕਦੋਂ ਹੋਈ ਸੀ ਮੈਂ ਤਾਂ ਕਮੇਟੀ ਦੀ ਗੱਲ ਕੀਤੀ ਹੈ ਨਾ ਸਥਾਪਨਾ ਦੀ ਕਿ 올림픽 ਕਮੇਟੀ ਦੀ ਸਥਾਪਨਾ 1894 ਚ ਹੋਈ ਸੀ ਪਰ ਪਹਿਲੀ ਵਾਰ 올림픽 ਖੇਡਾਂ ਦੀ ਸ਼ੁਰੂਆਤ ਪੀਆਰਏ ਡੇ ਕੁਬਰਟਿਨ ਨੇ 1896 ਦੇ ਵਿੱਚ ਕੀਤੀ ਸੀ ਠੀਕ ਹੈ ਤੇ ਪਹਿਲੀ ਵਾਰ ਔਰਤਾਂ ਨੇ ਭਾਗ ਲਿਆ ਸੀ 1900 ਦੇ ਵਿੱਚ ਮਹਿਲਾਵਾਂ ਨੇ 올림픽 ਦੇ ਵਿੱਚ ਕਦੋਂ ਭਾਗ ਲਿਆ 1900 ਦੇ ਵਿੱਚ ਅਗਲਾ ਪ੍ਰਸ਼ਨ 2008 ਵਿੱਚ ਹੋਈਆਂ 올림픽 ਖੇਡਾਂ ਵਿੱਚ ਭਾਰਤ ਲਈ ਨਿਸ਼ਾਨੇਵਾਜ਼ੀ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੀ ਖਿਡਾਰੀ ਦਾ ਨਾਮ ਸੀ ਹਾਂਜੀ 2008 ਦੇ ਵਿੱਚ 올림픽 ਖੇਡਾਂ ਜਿਹੜੀਆਂ ਹੋਈਆਂ ਸੀ ਇਹ ਚਾਈਨਾ ਦੀ ਕੈਪੀਟਲ ਬੀਜਿੰਗ ਦੇ ਵਿੱਚ ਹੋਈਆਂ ਸੀ ਤੇਜ਼ ਦੇ ਵਿੱਚ ਭਾਰਤ ਦੀ ਨਿਸ਼ਾਨੇਬਾਜ਼ ਅਭਿਨਵ ਵਿੰਦਰਾ ਨੇ 골ਡ ਮੈਡਲ ਜਿੱਤਿਆ ਸੀ অপਸ਼ਨ ਨੰਬਰ ਡੀ ਇਜ਼ ザ राइट आंसर ਅਗਲਾ ਪ੍ਰਸ਼ਨ ਹੈ ਜੀ 2024 ਦਾ 올림픽 ਦਾ ਆਗਾਜ਼ ਕਿੱਥੇ ਹੋਵੇਗਾ ਹਾਂਜੀ ਯਾਨੀ ਕਿ 2024 ਦੇ ਵਿੱਚ 올림픽 ਖੇਡਾਂ ਕਿੱਥੇ ਆਯੋਜਿਤ ਕੀਤੀਆਂ ਜਾਣਗੀਆਂ ਤਾਂ ਇਹ ਹੋਣਗੀਆਂ ਜੀ ਫਰਾਂਸ ਦੀ ਕੈਪੀਟਲ ਕਿਹੜੀ ਆ ਫਰਾਂਸ ਦੀ ਕੈਪੀਟਲ ਪੈਰਿਸ ਪੈਰਿਸ ਦੇ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ অপশন এ ইজ দি রাইট আনসার। আগলা প্রশ্ন না জি 2028 हां जी 2028 অলিম্পিক ਦਾ आगाज ਕਿੱਥੇ ਹੋਵੇਗਾ? ਜਾਨੀ ਕਿ 2028 ਦੀਆਂ অলিম্পিক ਖੇਡਾਂ ਕਿੱਥੇ ਹੋਣਗੀਆਂ? ਤਾਂ ਇਹ ਹੋਣਗੀਆਂ ਜੀ ਲਾਸ ਐਂਜਲਿਸ ਦੇ ਵਿੱਚ। অপশন ਨੰਬਰ সি ইজ দি রাইট আনসার ਲਾਸ ਐਂਜਲਿਸ। আগਲਾ প্রশ্ন মাইকেল ਫਿਲਿਪਸ ਨੇ ਸੰਿਆਸ ਲੈਣ ਤੱਕ অলিম্পিক ਖੇਡਾਂ ਵਿੱਚ ਕਿੰਨੇ ਮੈਡਲ ਜਿੱਤੇ ਸਨ? ਹਾਂਜੀ ਮਾਈਕਲ ਫੈਲਿਪਸ ਇਹਨਾਂ ਨੇ ਸੰਨਿਆਸ ਲੈ ਚੁੱਕਿਆ ਹੈ 올림픽 ਖੇਡਾਂ ਦੇ ਵਿੱਚੋਂ ਠੀਕ ਹੈ ਸੰਨਿਆਸ ਲੈਣ ਤੋਂ ਪਹਿਲਾਂ ਮਾਈਕਲ ਫੈਲਿਪਸ ਨੇ ਸੰਨਿਆਸ ਲੈਣ ਤੱਕ 올림픽 ਖੇਡਾਂ ਵਿੱਚ ਕਿੰਨੇ ਮੈਡਲ ਜਿੱਤੇ ਸਨ ਹਾਂਜੀ ਮਾਈਕਲ ਫੈਲਿਪਸ ਇਹਨਾਂ ਨੇ ਸੰਨਿਆਸ ਲੈਣ ਤੱਕ 올림픽 ਖੇਡਾਂ ਦੇ ਵਿੱਚ 28 ਮੈਡਲ ਜਿੱਤੇ ਸਨ অপਸ਼ਨ A ਇਜ਼ ਦਾ ਰਾਈਟ ਆਨਸਰ ਇਸ ਦੇ ਵਿੱਚੋਂ 23 ਗੋਲਡ ਦੇ ਸੀਗੇ 3 ਸਿਲਵਰ ਦੇ ਸੀ ਠੀਕ ਹੈ ਤੇ 2 ਬ੍ਰਾਉਨਸ ਦੇ ਸੀਗੇ ਦੋ ਯਾਨੀ ਕਿ ਕਾਂਸੀ ਦੇ ਸੀ ਤਿੰਨ ਚਾਂਦੀ ਦੇ ਸੀ 23 ਸੋਨੇ ਦੇ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੁਣ ਜੇਕਰ ਆਪਾਂ ਗੱਲ ਕਰੀਏ ਮਾਈਕਲ ਫੈਲਿਪਸ ਫੈਲਿਪਸ ਦੀ ਤਾਂ ਇਹ ਕਿਹੜੀ ਗੇਮ ਦੇ ਖਿਡਾਰੀ ਸੀ ਇਹ ਤੈਰਾਕ ਸੀ ਠੀਕ ਹੈ ਅਗਲਾ ਪ੍ਰਸ਼ਨ ਅਰਜੁਨ ਅਵਾਰਡ ਦੀ ਸ਼ੁਰੂਆਤ ਕਦੋਂ ਕੀਤੀ ਗਈ ਸੀ ਹਾਂਜੀ ਅਰਜੁਨ ਅਵਾਰਡ ਦੀ ਸ਼ੁਰੂਆਤ ਕੀਤੀ ਗਈ ਸੀ ਕਦੋਂ ਕੀਤੀ ਗਈ ਸੀ ਕੀਤੀ ਗਈ ਸੀ ਜੀ 1961 ਦੇ ਵਿੱਚ ਅਰਜਨ ਅਵਾਰਡ ਇਸ ਦੀ ਸ਼ੁਰੂਆਤ 1961 ਦੇ ਵਿੱਚ ਹੋਈ ਨੈਕਸਟ ਕੁਐਸ਼ਨ ਵੈਰੀ ਵੈਰੀ ਇੰਪੋਰਟੈਂਟ ਦਰੋਣਾਚਾਰੀਆ ਅਵਾਰਡ ਦੀ ਸ਼ੁਰੂਆਤ ਕਦੋਂ ਕੀਤੀ ਗਈ ਹਾਂਜੀ ਦਰੋਣਾਚਾਰੀਆ ਅਵਾਰਡ ਇਸ ਦੀ ਸ਼ੁਰੂਆਤ ਹੋਈ ਸੀ 1985 ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਂਜੀ ਮਾਕਾ ਟਰੋਫੀ ਦੀ ਸ਼ੁਰੂਆਤ ਕਦੋਂ ਹੋਈ ਸੀ ਹਾਂਜੀ ਮਾਕਾ ਟਰਾਫੀ ਦੀ ਸ਼ੁਰੂਆਤ ਹੋਈ ਸੀ ਜੀ 1956-57 ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਦੀ ਸ਼ੁਰੂਆਤ ਕਦੋਂ ਹੋਈ ਹਾਂਜੀ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਦੀ ਸ਼ੁਰੂਆਤ ਹੋਈ ਸੀ 1991-92 ਦੇ ਵਿੱਚ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਪਰ ਇਸ ਦਾ ਨਾਮ ਹੁਣ ਬਦਲ ਦਿੱਤਾ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਦਾ ਨਾਮ ਬਦਲ ਕੇ ਹੁਣ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਕਰ ਦਿੱਤਾ ਗਿਆ ਠੀਕ ਹੈ ਜੀ ਤੇ ਸਟੇਡੀਅਮ ਸੀ ਜੋ ਦਿੱਲੀ ਦੇ ਵਿੱਚ ਰਾਜੀਵ ਗਾਂਧੀ ਸਟੇਡੀਅਮ ਉਸ ਦਾ ਨਾਮ ਬਦਲ ਕੇ ਵੀ ਮੇਜਰ ਧਿਆਨ ਚੰਦ ਸਟੇਡੀਅਮ ਕਰ ਦਿੱਤਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਤੇ ਕਦੋਂ ਕੀਤਾ ਗਿਆ 2002 ਦੇ ਵਿੱਚ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਦੀ ਸ਼ੁਰੂਆਤ 1991-92 ਦੇ ਵਿੱਚ ਹੋਈ ਤੇ ਧਿਆਨ ਚਾਂਦ ਅਵਾਰਡ ਦੀ ਸ਼ੁਰੂਆਤ ਕਦੋਂ ਹੋਈ ਤਾਂ ਇਹ ਹੋਈ ਸੀ 2002 ਦੇ ਵਿੱਚ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਨੇ 올림픽 ਖੇਡਾਂ ਵਿੱਚ ਲੰਬੀ ਛਾਲ ਦੇ ਵਿੱਚ ਰਿਕਾਰਡ ਸਥਾਪਿਤ ਕੀਤਾ ਸੀ ਹਾਂਜੀ 올림픽 ਖੇਡਾਂ ਦੇ ਵਿੱਚ ਲੌਂਗ ਜੰਪ ਦੇ ਵਿੱਚ ਆਪਣਾ ਰਿਕਾਰਡ ਬਣਾਇਆ ਬੋਵ ਬਿਯਮਾਨ ਨੇ অপਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਦੁਨੀਆ ਦੇ ਅਵਲ ਦਰਜੇ ਦੇ ਖਿਡਾਰੀ ਜਾਨੀ ਕਿ ਪਹਿਲੇ ਦਰਜੇ ਦੇ ਖਿਡਾਰੀ ਰੈਫਲ ਨਾਡਲ ਨੇ ਸਪੈਨ ਦੇ ਵਿੱਚ ਡੈਵਿਸ ਕੱਪ 2019 ਦਾ ਟਾਈਟਲ ਕਿੰਨੀ ਵਾਰ ਜਿੱਤਿਆ ਸੀ ਹਾਂਜੀ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰਦੇ ਨੇ ਕਿ ਜੋ ਵੀ ਮੈਕਸਟਰਾ ਫੈਕਟ ਬੋਲਦੀਆਂ ਉਹਨਾਂ ਨੂੰ ਨਾਲ ਹੀ ਨੋਟ ਕਰਦੇ ਆ ਕਰਾਂ ਇਸ ਲਈ ਮੈਂ ਐਜ਼ ਅ ਐਮਸੀਕਿਊ ਨਾਲ ਹੀ ਨੋਟ ਕੀਤੇ ਹੋਏ ਨੇ ਦੁਨੀਆ ਦੇ ਅਵਲ ਦਰਜੇ ਦੇ ਖਿਡਾਰੀ ਰੈਫਲ ਮਾਡਲ ਨੇ ਸਪੈਨ ਦੇ ਵਿੱਚ ਡੈਵਿਸ ਕੱਪ 2019 ਦਾ ਟਾਈਟਲ 5 ਵਾਰ ਜਿੱਤੇ ਹਨ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਪੁਰਸ਼ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਿਹੜਾ ਦੇਸ਼ ਕਰ ਰਿਹਾ ਹੈ ਹਾਂਜੀ ਪੁਰਸ਼ 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 ਵਿਸ਼ਵ ਕੱਪ 2023 ਦੀ ਮੇਜ਼ਬਾਨੀ ਸਾਡਾ ਦੇਸ਼ ਭਾਰਤ ਕਰੇਗਾ ਵੈਰੀ ਇੰਪੋਰਟੈਂਟ ਹਾਂਜੀ ਪੁਰਸ਼ ਵਿਸ਼ਵ ਕੱਪ 2023 ਹਾਕੀ ਦੇ ਵਿੱਚ ਠੀਕ ਹੈ ਸਾਡਾ ਦੇਸ਼ ਭਾਰਤ ਕਰੇਗਾ অপਸ਼ਨ ডি ਇਸ ਦਾ রাইਟ ਆਨਸਰ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਡੈਵਿਸ ਕੱਪ ਦੇ ਮੁਕਾਬਲੇ ਔਰਤਾਂ ਵਾਸਤੇ ਕਿਹੜਾ ਕੱਪ ਬਰਾਬਰਤਾ ਰੱਖਦਾ ਹੈ ਹਾਂਜੀ ਡੈਵਿਸ ਕੱਪ ਦੇ ਮੁਕਾਬਲੇ ਔਰਤਾਂ ਵਾਸਤੇ ਜਿਹੜਾ ਸਮਾਨ ਕੱਪ ਆ ਉਹ ਹੈਗਾ ਫੈਡ ਕੱਪ ਠੀਕ ਹੈ ਫੈਡ ਕੱਪ ਡੈਵਿਸ ਦੇ ਸਮਾਨ ਮਹਿਲਾਵਾਂ ਦੇ ਲਈ অপਸ਼ਨ B ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ 2022 ਵਿੱਚ ਮਰਦਾਂ ਦੀ ਸਿੰਗਲ ਆਸਟ੍ਰੇਲੀਅਨ ਓਪਨ ਕਿਸ ਨੇ ਜਿੱਤੀ ਹਾਂਜੀ 2022 ਵਿੱਚ ਪੁਰਸ਼ਾਂ ਦੀ ਸਿੰਗਲ ਆਸਟ੍ਰੇਲੀਅਨ ਓਪਨ ਕਿਸ ਨੇ ਜਿੱਤੀ ਸੀ ਇਹ ਜਿੱਤੀ ਹੈ ਜੀ ਰੈਫਲ ਨਾਡਲ ਨੇ ਰੈਫਲ ਨਾਡੇਲਾ ਜਿਹੜੇ ਇਹਨਾਂ ਨੇ ਸਪੈਨ ਦੇ ਲਈ ਡੈਵਿਸ ਕੱਪ 2019 ਦਾ ਟਾਈਟਲ 5 ਵਾਰ ਜਿੱਤੇ ਆ ਠੀਕ ਹੈ ਵੀ ਤੁਸੀਂ ਯਾਦ ਰੱਖਣਾ অপশন বি ইজ আ রাইট অ্যানসার। اگلا ප්‍රශ්න ਅਸੀਂ ਕਰਦੇ ਹਾਂ ਜੀ। ਰੇ ਦਾ ਸਬੰਧ ਕਿਸ ਖੇਡ ਨਾਲ ਹੈ? ਹਾਂਜੀ ਰੇ। ਰੇ ਦਾ ਸਬੰਧ ਕਿਹੜੀ ਖੇਡ ਦੇ ਨਾਲ ਆ? ਇਹ ਹੈਗਾ ਜੀ ਜੁੱਡੋ ਦੇ ਨਾਲ। অপশন ਨੰਬਰ বি ইজ আ রাইট অ্যানসার। اگلا ප්‍රශ්න ਆਧੁਨਿਕ 올림픽 ਖੇਡਾਂ 1896 ਵਿੱਚ ਕਿਸ ਸਟੇਡੀਅਮ ਦੇ ਵਿੱਚ ਹੋਈਆਂ ਸੀ? ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਅੰਤਰਰਾਸ਼ਟਰੀ ਖੇ olympic ਕਮੇਟੀ ਦਾ ਇੱਕ ਕਮੇਟੀ ਆ ਜਿਹੜੀ ਅੰਤਰਰਾਸ਼ਟਰੀ olympic ਕਮੇਟੀ ਇਸ ਦੀ ਸਥਾਪਨਾ ਹੋਈ ਸੀ 1994 ਦੇ ਵਿੱਚ ਠੀਕ ਹੈ ਤੇ ਪਹਿਲੀ ਵਾਰ olympic ਖੇਡਾਂ ਦੀ ਸ਼ੁਰੂਆਤ ਪੀਆਰਐਡੀ ਕੋਵਲਟਿਨ ਨੇ 1896 ਦੇ ਵਿੱਚ ਕੀਤੀ ਤੇ ਜਿਹੜੀਆਂ 1896 ਦੇ ਵਿੱਚ ਹੋਈਆਂ ਸੀ ਖੇਡਾਂ ਇਹ ਕਿਹੜੇ ਸਟੇਡੀਅਮ ਦੇ ਵਿੱਚ ਹੋਈਆਂ ਸੀ ਇਹ ਹੋਈਆਂ ਸੀ ਜੀ ਪੈਨ ਐਥਨਿਕ ਦੇ ਵਿੱਚ ਕਿੱਥੇ ਹੋਈਆਂ ਕਿਦੇ ਵਿੱਚ ਕਿਹੜੇ ਸਟੇਡੀਅਮ ਦੇ ਵਿੱਚ ਹੋਈਆਂ ਸੀ ਪੈਨ ਐਥਨਿਕ ਦੇ ਵਿੱਚ ਹੁਣ ਤੁਸੀਂ ਦੱਸੋਗੇ ਕਿ ਪੈਨ ਐਂਥਿਕ ਐਥਨਿਕ ਕਿੱਥੇ ਸਟੇਡੀਅਮ ਆ ਇਹ ਜਾਂ ਫਿਰ ਪਹਿਲੀਆਂ ਅਲੱਗ ਦੇ ਖੇਡਾਂ ਕਿੱਥੇ ਹੋਈਆਂ ਸੀ ਠੀਕ ਹੈ ਅਗਲਾ ਪ੍ਰਸ਼ਨ ਮੁਕਾਬਲੇ ਵਿੱਚ ਤੈਰਾਕੀ ਦੀਆਂ ਕਿਸਮਾਂ ਕਿੰਨੀਆਂ ਹਨ ਹਾਂਜੀ ਤੈਰਾਕੀ ਦੇ ਮੁਕਾਬਲੇ ਦੇ ਵਿੱਚ ਜੇਕਰ ਅਸੀਂ ਕਿਸਮਾਂ ਦੀ ਗੱਲ ਕਰੀਏ ਤਾਂ ਇਹ ਕਿਸਮਾਂ ਨੇ 4 ਠੀਕ ਹੈ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਨਾਈਡੂ ਟਰਾਫੀ ਕਿਸ ਖੇਡ ਨਾਲ ਸੰਬੰਧਿਤ ਹੈ ਹਾਂਜੀ ਨਾਈਡੂ ਟਰਾਫੀ ਆ ਜਿਹੜੀ ਇਹ ਕਿਹੜੇ ਖੇਡ ਨਾਲ ਸੰਬੰਧਿਤ ਆ ਇਹ ਸੰਬੰਧਿਤ ਆ ক্রিকেট ਦੇ ਨਾਲ ਆਪਸ਼ਨ A ਇਜ਼ ザ राइट आंसर ਅਗਲਾ ਪ੍ਰਸ਼ਨ ਅਮ੍ਰਿਤ ਦਿਵਾਨ ਹਾਂਜੀ ਅਮ੍ਰਿਤ ਦਿਵਾਨ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ ਅਮ੍ਰਿਤ ਦਿਵਾਨ ਕੱਪ ਬੈਡਮਿੰਟਨ ਦੇ ਨਾਲ ਸੰਬੰਧਿਤ ਹੈ ਆਪਸ਼ਨ D ਇਜ਼ ザ राइट आंसर ਅਗਲਾ ਪ੍ਰਸ਼ਨ ਅਜੀ ਕ੍ਰਿਕਟ ਵਰਲਡ ਕੱਪ ਕਦੋਂ ਸ਼ੁਰੂ ਹੋਇਆ ਹਾਂਜੀ ਕ੍ਰਿਕਟ ਵਰਲਡ ਕੱਪ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕ੍ਰਿਕਟ ਵਰਲਡ ਕੱਪ 1975 ਦੇ ਵਿੱਚ ਸ਼ੁਰੂ ਹੋਇਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਕ੍ਰਿਕਟ ਵਰਲਡ ਕੱਪ ਕਦੋਂ ਸ਼ੁਰੂ ਹੋਇਆ 1975 ਦੇ ਵਿੱਚ ਅਗਲਾ ਪ੍ਰਸ਼ਨ ਲੇਡੀ ਰਤਨ ਟਾਟਾ ਟਰੋਫੀ ਕਿਸ ਖੇਡ ਨਾਲ ਸੰਬੰਧਿਤ ਹੈ ਹਾਂਜੀ ਲੇਡੀ ਰਤਨ ਟਾਟਾ ਟਰੋਫੀ ਇਹ ਹਾਕੀ ਦੇ ਨਾਲ ਸੰਬੰਧਿਤ ਆ ਆਪਸ਼ਨ B ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਹੜੇ ਸਾਲ ਸਚਿਨ ਤੇਂਦੂਲਕਰ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਸਚਿਨ ਤੇਂਦੂਲਕਰ ਇਹਨਾਂ ਨੂੰ ਭਾਰਤ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਕਿਹੜੇ ਸਾਲ ਕੀਤਾ ਗਿਆ ਤਾਂ ਹੁਣ ਦੇਖੋ ਤੁਸੀਂ ਪੂਰੇ ਵਿਸ਼ਵ ਦੇ ਵਿੱਚ ਹੈਂਡ ਅੰਬੈਸਡਰ ਬਣਾਇਆ ਵਾ ਸਚਿਨ ਤੇਂਦुलकर ਨੂੰ ਲੋਕਾਂ ਨੂੰ ਹੱਥ ਧੋਣ ਦੀ ਆਦਤ ਪਾਉਣ ਦੇ ਲਈ ਇਹ ਰੀਸੈਂਟਲੀ ਕਰੰਟ ਅਫੇਅਰ ਦੇ ਨਾਲ ਰਿਲੇਟਡ ਤੁਹਾਨੂੰ ਆ ਸਕਦਾ ਠੀਕ ਹੈ ਹੈਂਡ ਅੰਬੈਸਡਰ ਬਣਿਆ ਸਚਿਨ ਤੇਂਦुलकर ਤੇ ਇਹਨਾਂ ਨੇ 2014 ਦੇ ਵਿੱਚ ਭਾਰਤ ਰਤਨ ਪੁਰਸਕਾਰ ਜਿੱਤੇ ਆ অপਸ਼ਨ A ਇਜ਼ ザ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਨਵੀਂ ਦਿੱਲੀ ਵਿਖੇ ਅਯੋਜਿਤ ਹੋਈਆਂ ਪਹਿਲੀਆਂ ਏਸ਼ੀਅਨ ਖੇਡਾਂ ਦਾ ਮਾਸਟਕ ਕੀ ਹੈ ਹਾਂਜੀ ਮਸਕਟ ਨਵੀਂ ਦਿੱਲੀ ਦੇ ਵਿੱਚ ਜਿਹੜੀਆਂ ਉਯੋਜਿਤ ਹੋਈਆਂ ਸੀ ਖੇਡਾਂ ਪਹਿਲੀਆਂ ਏਸ਼ੀਅਨ ਖੇਡਾਂ ਠੀਕ ਹੈ ਨਵੀਂ ਦਿੱਲੀ ਦੇ ਵਿੱਚ ਉਹ ਉਯੋਜਿਤ ਹੋਈਆਂ ਸੀ ਤੇ ਇਸ ਦਾ ਮਸਕਟ ਸੀਗਾ ਜੀ ਅੱਪੂ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਅਗਲਾ ਪ੍ਰਸ਼ਨ ਬੈਡਮਿੰਟਨ ਏਸ਼ੀਅਨ ਖੇਡਾਂ ਵਿੱਚ ਪਹਿਲੀ ਵਾਰ ਕਦੋਂ ਸ਼ਾਮਿਲ ਕੀਤਾ ਗਿਆ ਹਾਂਜੀ ਏਸ਼ੀਅਨ ਖੇਡਾਂ ਦੇ ਵਿੱਚ ਬੈਡਮਿੰਟਨ ਨੂੰ ਪਹਿਲੀ ਵਾਰ 1662 ਦੇ ਵਿੱਚ ਸ਼ਾਮਿਲ ਕੀਤਾ ਗਿਆ অপশন সি ইজ দা রাইট आंसर नेक्स्ट ਹੈ ਜੀ हां जी ਹੈਪਟਾਥਨੋਲ ਵਿੱਚ ਕਿੰਨੇ ਇਵੈਂਟ ਹੁੰਦੇ ਹਨ हां जी ਹੈਪਟਾਥਨੋਲ ਇਸ ਦੇ ਵਿੱਚ 7 ਇਵੈਂਟ ਹੁੰਦੇ ਹਨ অপশন সি ਇਜ਼ দা রাইট आंसर ਅਗਲਾ ਪ੍ਰਸ਼ਨ ਫੁੱਟਬਾਲ ਦੇ ਕਿੰਨੇ ਨਿਜ਼ਮ ਹੁੰਦੇ ਹਨ हां जी ਫੁੱਟਬਾਲ ਦੇ ਕਿੰਨੇ ਨਿਜ਼ਮ ਫੁੱਟਬਾਲ ਦੇ ਨਿਜ਼ਮ ਆ ਜੀ 17 অপশন বি ইজ দা রাইট আনসার अगेन শিবামন্তি গোল্ড কাপ ਕਿਸ ਖੇਡ ਨਾਲ ਸੰਬੰਧ ਰੱਖਦਾ ਹੈ ਹਾਂਜੀ শিবামন্তি শিবামন্তি গোল্ড কাপ ਵਾਲੀਬਾਲ ਖੇਡ ਦੇ ਨਾਲ ਸੰਬੰਧਿਤ ਹੈ অপশন ਸੀ ইজ দা রাইট আনসার ਅਗਲਾ ਪ੍ਰਸ਼ਨਾ 올림픽 ਵਿੱਚ ਸਭ ਤੋਂ ਵੱਧ ਮੈਡਲ ਜਿੱਤਣ ਵਾਲੀ ਮਹਿਲਾ ਦਾ ਨਾਮ ਦੱਸੋ ਹਾਂਜੀ 올림픽 ਦੇ ਵਿੱਚ ਸਭ ਤੋਂ ਵੱਧ ਮੈਡਲ ਜਿੱਤਣ ਵਾਲੀ ਮਹਿਲਾ ਦਾ ਨਾਮ ਆ लेरिसा लेटनेना ऑप्शन नंबर डी इज द राइट आंसर अगला प्रश्न पोलो सॉरी पहले है थे पहले ठीक है पहले किस खेल ਨਾਲ ਸੰਬੰਧਿਤ ਹੈ हां जी पेले पेले ਇਹ ਇੱਕ ਫੁੱਟਬਾਲ ਪਲੇਅਰ ਆ ਤੇ ਬਹੁਤ ਫੇਮਸ ਆ অপশন ਡੀ ਇਸ ਦਾ ਰਾਈਟ ਆਨਸਰ ਹੈ ਅੱਗੇ ਆ ਜੀ वॉलीबॉल ਖੇਡ ਵਿੱਚ ਵਰਤੇ ਜਾਂਦੇ ਲਾ ਤੀਨੇ ਸ਼ਬਦ ਲਿਬਰੋ ਦਾ ਕੀ ਅਰਥ ਹੈ ਹਾਂਜੀ ਵੌਲੀਬਾਲ ਖੇਡ ਦੇ ਵਿੱਚ ਇੱਕ ਲਾਤੀਨੀ ਸ਼ਬਦ ਵਰਤਿਆ ਜਾਂਦਾ ਲੀਬ੍ਰੋ ਇਸ ਦਾ ਅਰਥ ਆਜ਼ਾਦ ਢੰਗ ਨਾਲ ਵਿਚਰਨਾ ਫ੍ਰੀ ਟੂ ਮੂਵ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਹੜੀ ਸ਼ਲਾਂਗ ਤਕਨੀਕ ਹਵਾ ਵਿੱਚ ਦੌੜਨਾ ਤਕਨੀਕ ਕਹਲੌਂਦੀ ਹੈ ਹਾਂਜੀ ਹਵਾ ਦੇ ਵਿੱਚ ਦੌੜਨਾ ਤਕਨੀਕ ਕਹਲੌਂਦੀ ਹੈ ਕਿਹੜੀ ਸ਼ਲਾਂਗ ਤਕਨੀਕ ਆਹੋ ਹਿਚ ਕਿੱਕਾ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹਿਟ ਕਿਕ ਅਗਲਾ ਪ੍ਰਸ਼ਨ ਆ ਜੀ ਹੇਮਾ ਦਾਸ ਨੇ ਕਿਹੜੇ ਐਥਲੈਟਿਕ ਇਵੈਂਟ ਵਿੱਚ ਭਾਰਤ ਲਈ ਅੰਡਰ 20 ਅੰਤਰਰਾਸ਼ਟਰੀ ਐਥਲੈਟਿਕਸ ਪ੍ਰਤੀਯੋਗਤਾ ਵਿੱਚ ਸੋਨੇ ਦਾ ਮੈਡਲ ਜਿੱਤਿਆ ਹਾਂਜੀ ਹੇਮਾ ਦਾਸ ਨੇ ਐਥਲੈਟਿਕ ਇਵੈਂਟ ਦੇ ਵਿੱਚ ਭਾਰਤ ਦੇ ਲਈ ਅੰਡਰ 20 ਅੰਤਰਰਾਸ਼ਟਰੀ ਐਥਲੈਟਿਕਸ ਪ੍ਰਤੀਯੋਗਤਾ ਦੇ ਵਿੱਚ 골ਡ ਮੈਡਲ ਜਿੱਤਿਆ 400 ਮੀਟਰ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੁਸੀਂ ਆ ਹੀਮਾ ਦਾਸ ਬਾਰੇ ਸੁਣਿਆ ਹੋਣਾ ਠੀਕ ਹੈ ਹੀਮਾ ਦਾਸ ਤੇ ਹੀਮਾ ਦਾਸ ਜੇਕਰ ਇਹਨਾਂ ਦੀ ਅਸੀਂ ਗੱਲ ਕਰੀਏ ਇਹਨਾਂ ਨੂੰ ਢੀਂਗ ਐਕਸਪ੍ਰੈਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਐਥਲੈਟਿਕ ਇਵੈਂਟ ਵਿੱਚ ਭਾਰਤ ਲਈ ਅੰਡਰ 20 ਅੰਤਰਰਾਸ਼ਟਰੀ ਐਥਲੈਟਿਕ ਪ੍ਰਤੀਯੋਗਤਾ ਦੇ ਵਿੱਚ ਇਹਨਾਂ ਨੇ 골ਡ ਮੈਡਲ ਜਿੱਤਿਆ ਸੀ 400 ਮੀਟਰ ਦੌੜ ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਰਿਊ ਓਲੰਪਿਕਸ ਵਿੱਚ ਦੀਪਾ ਕਰਮਾਕਰ ਨੇ ਜਿਮਨਾਸਟਿਕ ਵਿੱਚ ਕਿਹੜਾ ਸਥਾਨ ਹਾਸਲ ਕੀਤਾ ਹਾਂਜੀ ਰਿਓ ਓਲੰਪਿਕਸ ਇਸ ਦੇ ਵਿੱਚ ਦੀਪਾ ਕਰਮਾਕਰ ਨੇ ਜਿਮਨਾਸਟਿਕ ਦੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਹੇਮਾਦਾਸ ਹਾਂਜੀ ਹੇਮਾਦਾਸ ਨੇ ਅੰਡਰ 20 ਪ੍ਰਤੀਯੋਗਤਾ ਵਿੱਚ ਕਿੰਨੇ ਸਮੇਂ ਵਿੱਚ ਦੌੜ ਲਗਾ ਕੇ ਸੋਨੇ ਦਾ ਮੈਡਲ ਜਿੱਤਿਆ ਸੀ ਜਿਵੇਂ ਕਿ ਆਪਾਂ ਉੱਪਰ ਗੱਲ ਕੀਤੀ ਆ ਕੀ ਅੰਡਰ 20 ਅੰਤਰਰਾਸ਼ਟਰੀ ਐਥਲੈਟਿਕ ਪ੍ਰਤੀਯੋਗਤਾ ਦੇ ਵਿੱਚ 400 ਮੀਟਰ ਦੀ ਦੌੜ ਦੇ ਵਿੱਚ ਹੀਮਾ ਦਾਸ ਨੇ ਠੀਕ ਹੈ ਸੋਨੇ ਦਾ ਮੈਡਲ ਜਿੱਤਿਆ ਸੀ ਤੇ ਕਿੰਨੇ ਟਾਈਮ ਦੇ ਵਿੱਚ ਪੂਰੀ ਕੀਤੀ ਸੀ ਇਹ 51 ਸੈਕਿੰਡ ਦੇ ਵਿੱਚ ਪੂਰੀ ਕੀਤੀ ਸੀ ਠੀਕ ਹੈ 400 ਮੀਟਰ 51 ਸੈਕਿੰਡ ਦੇ ਵਿੱਚ ਪੂਰੀ ਕੀਤੀ ਸੀ অপਸ਼ਨ ਬੀ ਇਜ਼ ਸੌਰੀ অপਸ਼ਨ 51.46 ਸੈਕਿੰਡ অপশন এ ইজ দা রাইট আনসার আগলা প্রশ্ন ফিফা পুরুষ বিশ্ব কাপ 2018 ਦਾ ਖਿਤਾਬ ਕਿਸ ਦੇਸ਼ ਦੁਆਰਾ ਜਿੱਤਿਆ ਗਿਆ ਸੀ ਹਾਂਜੀ ফিফা পুরুষ ਵਿਸ਼ਵ ਕੱਪ 2018 ਦਾ ਖਿਤਾਬ ਕਿਸ ਦੇਸ਼ ਦੁਆਰਾ ਜਿੱਤਿਆ ਗਿਆ ਸੀ ਇਹ ਜਿੱਤਿਆ ਗਿਆ ਸੀ ਜੀ ਫਰਾਂਸ ਦੇ ਦੁਆਰਾ অপশন ਨੰਬਰ এ ইজ দা রাইট আনসার ਫਰਾਂਸ ਅਗਲਾ ਪ੍ਰਸ਼ਨ ਸਟੈਨਲੇ ਕੱਪ ਦਾ ਸਬੰਧ ਕਿਸ ਖੇਡ ਨਾਲ ਹੈ ਹਾਂਜੀ ਸਟੈਨਲੇ ਕੱਪ ਦਾ ਸਬੰਧ ਆਈਸ ਹਾਕੀ ਦੇ ਨਾਲ ਹੈ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੇਠ ਦਿੱਤੇਆਂ ਵਿੱਚੋਂ ਕਿਹੜੀ ਖੇਡ ਵਿੱਚ ਟਾਈਮ ਆਊਟ ਨਹੀਂ ਹੁੰਦਾ ਹਾਂਜੀ ਟਾਈਮ ਆਊਟ ਕਿਹੜੀ ਖੇਡ ਦੇ ਵਿੱਚ ਨਹੀਂ ਹੁੰਦਾ ਤਾਂ ਇਹ ਨਹੀਂ ਹੁੰਦਾ ਜੀ ਬੈਸਬਾਲ ਦੇ ਵਿੱਚ অপশন সি এザ রাইট आंसर अगला प्रश्न फीफा पुरुष विश्व कप 2018 ਵਿੱਚ 골ਡਨ ਬੂਟ ਦਾ ਖਿਤਾਬ ਕਿਸ ਖਿਡਾਰੀ ਨੇ ਜਿੱਤਿਆ हां जी फीफा ਵਿਸ਼ਵ ਕੱਪ 2022 ਦੇ ਵਿੱਚ ਮੈਂ ਤੁਹਾਨੂੰ 2022 ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਐਮਸੀਕਿਊ ਬਣਦੇ ਸੀ ਉਹਨਾਂ ਤੇ 10 ਮਿੰਟ ਦੀ ਅਲੱਗ ਵੀਡੀਓ ਬਣੀ ਹੋਈ ਆ ਤੁਸੀਂ ਸਾਰਿਆਂ ਨੇ ਉਸ ਨੂੰ ਵੀ ਜਰੂਰ ਦੇਖਣਾ ਹੈ ਠੀਕ ਹੈ फीफा ਪੁਰਸ਼ ਵਿਸ਼ਵ ਕੱਪ 2018 ਦੇ ਵਿੱਚ 골ਡਨ ਬੂਟ ਦਾ ਖਿਤਾਬ ਜਿੱਤਿਆ ਹੈ ਹੈਰੀਕੇਨ ਨੇ অপশন সি ইজ ザ রাইਟ ਆਨਸਰ ਅਗਲਾ ਪ੍ਰਸ਼ਨ ਫੀਫਾ ਪੁਰਸ ਵਿਸ਼ਵ ਕੱਪ 2018 ਵਿੱਚ 골ਡਨ ਬਾਲ ਦਾ ਖਿਤਾਬ ਕਿਸ ਨੇ ਜਿੱਤਿਆ ਹਾਂਜੀ 골ਡਨ ਬਾਲ ਦਾ ਖਿਤਾਬ 골ਡਨ ਬਾਲ ਦਾ ਖਿਤਾਬ 2018 ਦੇ ਵਿੱਚ 루카 모드릭 ਨੇ ਜਿੱਤਿਆ অপশন এ ইজ ザ রাইਟ ਆਨਸਰ ਅਗਲਾ ਪ੍ਰਸ਼ਨ ਫੀਫਾ ਪੁਰਸ ਵਿਸ਼ਵ ਕੱਪ 2018 ਵਿੱਚ ਉਤਮ ਯੁਵਾ ਖਿਡਾਰੀ ਦਾ ਖਿਤਾਬ ਕਿਸ ਨੇ ਜਿੱਤਿਆ फीफा कप ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਮੈਂ ਤੁਹਾਨੂੰ ਲੱਗ ਤੋਂ ਵੀਡੀਓ ਬਣਾਈ ਹੋਈ ਆ 2022 ਤੇ ਕਿਉਂਕਿ 2022 ਦੇ ਜ਼ਿਆਦਾ ਚਾਂਸ ਆ ਆਉਂਦੇ ਤਾਂ ਤੁਸੀਂ ਉਹ ਜ਼ਰੂਰ ਦੇਖਣੀ ਆ ਫੀਫਾ ਪੁਰਸ਼ ਵਿਸ਼ਵ ਕੱਪ 2018 ਵਿੱਚ ਉੱਤਮ ਯੁਵਾ ਖਿਡਾਰੀ ਦਾ ਖਿਤਾਬ ਜਿੱਤਿਆ ਹੈ ਜੀ ਕਾਇਲੀਅਨ ਮੈ ਬਾਪੇ ਨੇ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਲੋਕਾ ਮੋਡ੍ਰਿਕ ਨੇ ਕਿਹੜਾ ਲੋਕਾ ਮੋਡ੍ਰਿਕ ਨੇ ਕਿਹੜਾ ਜਿੱਤਿਆ ਵਾ ਇਨਾਂ ਨੇ 골ਡਨ ਬਾਲ ਦਾ ਜਿੱਤੇ ਆ 골ਡਨ ਬੂਟ ਦਾ ਜਿੱਤੇ ਆ ਵਾ ਹੈਰੀਕੇਨ ਨੇ ਅਗਲਾ ਪ੍ਰਸ਼ਨ ਆ ਜੀ ਫੀਫਾ ਪੁਰੀਸ਼ 2018 ਵਿੱਚ ਸੁਨਹਿਰੀ ਦਸਤਾਨਾ ਦਾ ਕਿਤਾਬ ਕਿਸ ਨੇ ਜਿੱਤੇ ਆ ਹਾਂ ਜੀ ਸੁਨਹਿਰੀ ਦਸਤਾਨਾ ਦਾ ਕਿਤਾਬ ਜਿੱਤੇ ਆ ਥਿਬੋਟ ਨੇ অপਸ਼ਨ ਡੀ ਇਸ ザ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਹੜੀ ਖੇਡ ਵਿੱਚ ਭਾਰਤ ਕੇਸਰੀ ਦਾ ਕਿਤਾਬ ਦਿੱਤਾ ਜਾਂਦਾ ਹੈ ਵੈਰੀ ਇੰਪੋਰਟੈਂਟ ਹਾਂ ਜੀ ਭਾਰਤ ਕੇਸਰੀ ਦਾ ਕਿਤਾਬ ਜਿੱਤੇ ਆ ਦਿੱਤਾ ਜਾਂਦਾ ਹੈ ਕੁਸ਼ਤੀ ਦੇ ਵਿੱਚ অপশন এ ইজ দা রাইট আনসার আগলা প্রশ্ন কমনওয়েলথ খেડા সবতো ਪਹਿਲਾ ਕਿਸ ਸਾਲ ਸ਼ੁਰੂ ਹੋਈਆਂ ਸਨ ਹਾਂਜੀ কমনওয়েਲਥ ਗੇਮਾਂ ਜਿਹੜੀਆਂ ਇਹ ਸਭ ਤੋਂ ਪਹਿਲਾਂ 1930 ਦੇ ਵਿੱਚ ਸ਼ੁਰੂ ਹਾਂਜੀ কমনওয়েਲਥ ਖੇਡਾਂ ਸਭ ਤੋਂ ਪਹਿਲਾਂ ਕਿਸ ਸਾਲ ਸ਼ੁਰੂ ਹੋਈਆਂ ਸੀ কমনওয়েਲਥ ਗੇਮਾਂ ਸਭ ਤੋਂ ਪਹਿਲਾਂ 1930 ਦੇ ਵਿੱਚ ਹੈਮਿਲਟਨ ਦੇ ਵਿੱਚ ਸ਼ੁਰੂ ਹੋਈਆਂ অপশন ਡੀ ਇਸ ਦਾ রাইਟ ਆਂਸਰ ਅਗਲਾ ਪ੍ਰਸ਼ਨ ਕਿਸ ক্রিকেট ਖਿਡਾਰੀ ਨੂੰ ਮਾਸਟਰ ਬਲਾਸਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ క్రికెਟਰ ਖਿਡਾਰੀ ਆ ਜਿਨ੍ਹਾਂ ਨੂੰ ਮਾਸਟਰ ਬਲਾਸਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਕਿੰਨਾਂ ਨੂੰ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਸਚਿਨ ਤেন্ডুলਕਰ ਜਿਨ੍ਹਾਂ ਨੂੰ ਹੈਂਡ ਅੰਬੈਸਡਰ ਵੀ ਬਣਾਇਆ ਗਿਆ ਰੀਸੈਂਟਲੀ ਤੇ ਇਹਨਾਂ ਨੇ ਭਾਰਤ ਰਤਨ ਪੁਰਸਕਾਰ ਜਿੱਤਿਆ ਸੀ 2014 ਦੇ ਵਿੱਚ ਸਚਿਨ ਤਿੰਦਲੁਕਰ ਤੇ ਇਹਨਾਂ ਨੂੰ ਹੀ ਮਾਸਟਰ ਬਲਾਸਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਗਲਾ ਪ੍ਰਸ਼ਨ ਆ ਜੀ। ਹੇਠ ਲਿਖਿਆਂ ਵਿੱਚੋਂ ਕਿਹੜੀ ਖੇਡ ਪਿੰਗ ਕੋਂਗ ਕਰਕੇ ਜਾਣੀ ਜਾਂਦੀ ਹੈ? ਹਾਂਜੀ ਪਿੰਗ ਕੋਂਗ ਪਿੰਗ ਪੋਂਗ। ਪਿੰਗ ਪੋਂਗ ਠੀਕ ਹੈ। ਪਿੰਗ ਪੋਂਗ ਕਰਕੇ ਕਿਹੜੀ ਖੇਡ ਜਾਣੀ ਜਾਂਦੀ ਹੈ? ਇਸ ਨੂੰ ਜਾਣਿਆ ਜਾਂਦਾ ਹੈ ਜੀ ਟੇਬਲ ਟੈਨਿਸ ਨੂੰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੰਜਾਬ ਵਿੱਚ ਪਹਿਲੀ ਖੇਡ ਯੂਨੀਵਰਸਿਟੀ ਦਾ ਨਿਰਮਾਣ ਕਿਸ ਜ਼ਿਲ੍ਹੇ ਵਿੱਚ ਕੀਤਾ ਗਿਆ ਸੀ ਹਾਂਜੀ ਪਹਿਲੀ ਖੇਡ ਯੂਨੀਵਰਸਿਟੀ ਦਾ ਨਿਰਮਾਣ ਪਟਿਆਲਾ ਦੇ ਵਿੱਚ ਹੋਇਆ ਸੀ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਪਰ ਪੰਜਾਬ ਦੀ ਸਪੋਰਟਸ ਸਿਟੀ ਕਿਸ ਨੂੰ ਕਿਹਾ ਜਾਂਦਾ ਜਲੰਧਰ ਨੂੰ ਇਹ ਵੀ ਤੁਸੀਂ ਧਿਆਨ ਰੱਖਣਾ ਠੀਕ ਹੈ ਅਗਲਾ ਪ੍ਰਸ਼ਨ ਬਾਸਕਟਬਾਲ ਖੇਡ 올ੰਪਿਕ ਖੇਡਾਂ ਵਿੱਚ ਕਿਸ ਸਾਲ ਸ਼ਾਮਿਲ ਕੀਤੀ ਗਈ हां जी बास्केटबॉल ਖੇਡ 올림픽 ਖੇਡਾਂ ਦੇ ਵਿੱਚ ਕਿਹੜੇ ਸਾਲ ਸ਼ਾਮਿਲ ਕੀਤੀ ਗਈ ਸੀ ਤਾਂ ਇਹ ਕੀਤੀ ਗਈ ਸੀ ਜੇ 1936 ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਫੁੱਟਬਾਲ ਖੇਡ ਵਿੱਚ ਪੈਨਲਟੀ ਕਿੱਕ ਕਿੰਨੀ ਦੂਰ ਤੋਂ ਮਾਰੀ ਜਾਂਦੀ ਹੈ ਹਾਂ ਜੀ ਫੁੱਟਬਾਲ ਖੇਡ ਦੇ ਵਿੱਚ ਪੈਨਲਟੀ ਕਿੱਕ ਆ ਜਿਹੜੀ ਇਹ ਕਿੰਨੀ ਦੂਰ ਤੋਂ ਮਾਰੀ ਜਾਂਦੀ ਆ 11 ਮੀਟਰ ਤੋਂ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹੇਠ ਲਿਖਿਆਂ ਵਿੱਚੋਂ ਪੁਰਸ਼ ਜਿਮਨਾਸਟ ਵਾਸਤੇ ਕਿਹੜਾ ਅਪਰੇਟਸ ਲਾਗੂ ਨਹੀਂ ਹੈ ਤੈ ਨਹੀਂਗਾ ਜੀ ਅਨ ਇਕਵਨ ਵਾਰਿਸ਼ ਲਈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਪੁਰਸ਼ ਜਿਮਨਾਸਟ ਵਾਸਤੇ ਅਨ ਇਕਵਨ ਵਾਰਿਸ਼ ਅਪਰੇਟਸ ਲਾਗੂ ਨਹੀਂ ਹੈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪਾਰਟ 2 ਠੀਕ ਹੈ ਇਹ ਜੋ ਸੀਰੀਜ਼ ਸਟਾਰਟ ਕੀਤੀ ਆ sports ਦੇ ਨਾਲ ਰਿਲੇਟਡ ਇਸ ਦੇ ਵਿੱਚ ਅਸੀਂ sports ਦੇ ਖੇਡਾਂ ਦੇ ਟੋਟਲ ਅਸੀਂ 250 ਜਾਨੀ ਕਿ 250 MCQ ਕਵਰ ਕਰਨ ਵਾਲੇ ਆ ਠੀਕ ਹੈ ਸੋ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤਾਂ ਜੋ ਤੁਹਾਡਾ ਇੱਕ ਵੀ ਪਾਰਟ ਮਿਸ ਨਾ ਹੋਵੇ ਕੈਡਾ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਐਮਸੀਕਿਊ ਬਣ ਸਕਦੇ ਆ ਉਹ ਅਸੀਂ ਇਹਨਾਂ ਚਾਰ ਪਾਰਟਸ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਜੀ ਚਾਰ ਪਾਰਟਸ ਦੇ ਵਿੱਚ ਅਸੀਂ ਕਵਰ ਕਰਾਂਗੇ ਪਾਰਟ 1 ਅੱਜ ਸਾਡਾ ਹੋ ਚੁੱਕਿਆ ਹੈ ਤੇ ਡੇਲੀ ਤੁਸੀਂ ਇਸ ਨੂੰ 20 ਜਾਂ 15 ਜਾਂ 20 ਮਿੰਟ ਜ਼ਰੂਰ ਦੇਣੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ